ਕੰਧ ਟੱਪ ਕੇ ਤਿੰਨ ਬਦਮਾਸ਼ ਘਰ ਦੇ ਵਿੱਚ ਵੜੇ ਨੇ ਔਰ ਜੁਐਲਰ ਦਾ ਇਹ ਘਰ ਸੀ ਪਰ ਉੱਥੇ ਮਹਿਲਾ ਦੇ ਵੱਲੋਂ ਜੋ ਬਹਾਦਰੀ ਦਿਖਾਈ ਗਈ ਹੈ ਦੱਸਦੀ ਕਿ ਉਹ ਸਭ ਦੇ ਲਈ ਇੱਕ ਵੱਡੀ ਮਿਸਾਲ ਹੈ ਤਾਂ ਮਹਿਲਾ ਨੇ ਬਹਾਦਰੀ ਦਿਖਾਈ ਤੁਰੰਤ ਦਰਵਾਜ਼ੇ ਨੂੰ ਕੁੰਡੀ ਲਗਾ ਲਈ ਰੌਲਾ ਪਾਉਣ ਤੇ ਦੱਸਦੀ ਕਿ ਬਦਮਾਸ਼ ਫਰਾਰ ਵੀ ਹੋ ਗਏ ਨੇ ਯਾਨੀ ਕਿ ਮਹਿਲਾ ਕਾਮਯਾਬ ਹੋਈ ਹੈ ਇਹਨਾਂ ਬਦਮਾਸ਼ਾਂ ਨੂੰ ਭਜਾਉਣ ਦੇ ਵਿੱਚ ਔਰ ਘਰ ਦੇ ਵਿੱਚ ਮਹਿਲਾ ਤੇ ਉਸਦੇ ਦੋ ਛੋਟੇ ਬੱਚੇ ਸਨ ਜੋ ਮੌਜੂਦ ਸਨ ਅਮਰੀਕਾ ਦੇ ਸਟਾਰ ਐਵੀਨਿਊ ਇਲਾਕੇ ਦਾ ਸਾਰਾ ਮਾਮਲਾ ਹੈ ਜੁਐਲਰ ਜਗਜੀਤ ਘਟਨਾ ਵੇਲੇ ਆਪਣੇ ਦੁਕਾਨ ਤੇ ਮੌਜੂਦ ਸੀ ਯਾਨੀ ਕਿ ਘਰ ਦੇ ਵਿੱਚ ਨਹੀਂ ਸੀ ਤਾਂ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਲੀਅਰ ਸੀਸੀਟੀਵੀ ਫੁਟੇਜ ਹੈ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਕਿ ਕਿਵੇਂ ਇਹ ਕੰਧ ਟੱਪ ਕੇ ਪਹਿਲਾਂ ਇਹ ਬਦਮਾਸ਼ ਘਰ ਦੇ ਵਿੱਚ ਵੜਦੇ ਨੇ ਅੰਦਰ ਵਾਲਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰਦੇ ਨੇ ਪਰ ਮਹਿਲਾ ਨੂੰ ਇਹ ਅੰਦਾਜ਼ਾ ਹੋ ਜਾਂਦਾ ਕਿ ਇਹ ਕੋਈ ਹੋਰ ਲੋਕ ਨੇ ਯਾਨੀ ਕਿ ਬਦਮਾਸ਼ ਨੇ ਤਾਂ ਉਸਦੇ ਵੱਲੋਂ ਕੁੰਡੀ ਜਿਹੜੀ ਹੈ ਉਹ ਲਗਾ ਲਈ ਜਾਂਦੀ ਹੈ ਔਰ ਦਰਵਾਜ਼ਾ ਨਹੀਂ ਖੋਲ੍ਹਣ ਦਿੱਤਾ ਜਾਂਦਾ ਬੜੀ ਹਿੰਮਤ ਅਸੀਂ ਕਹਿ ਸਕਦੇ ਹਾਂ ਮਹਿਲਾ ਦੇ ਵੱਲੋਂ ਦਿਖਾਈ ਗਈ ਹੈ ਔਰ ਵੇਖਿਆ ਜਾ ਸਕਦਾ ਸਾਫ਼ ਤੌਰ ਤੇ ਤਸਵੀਰਾਂ ਦੇ ਵਿੱਚ ਔਰ ਰੌਲਾ ਪਾਇਆ ਹੈ ਮਹਿਲਾ ਨੇ ਉੱਚੀ ਰੌਲਾ ਪਾਉਣ ਤੇ ਇਹ ਬਦਮਾਸ਼ਾਂ ਨੂੰ ਲੱਗਿਆ ਕਿ ਹੁਣ ਕੋਈ ਨਾ ਕੋਈ ਇੱਥੇ ਆ ਸਕਦਾ ਹੈ ਔਰ ਇਹਨਾਂ ਨੂੰ ਕਾਬੂ ਕੀਤਾ ਜਾ ਸਕਦਾ ਤਾਂ ਇਸਦੇ ਚੱਲਦੇ ਇਹ ਬਦਮਾਸ਼ ਗੇਟ ਦੇ ਰਾਹੀਂ ਫਰਾਰ ਹੋ ਗਏ ਨੇ ਤਾਂ ਇਹ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਬਦਮਾਸ਼ ਨੇ ਕੁੰਡੀ ਖਿਲਾਉਣ ਦੀ ਕੋਸ਼ਿਸ਼ ਕੀਤੀ ਹੈ ਦਰਵਾਜ਼ੇ ਨੂੰ ਖਿਲਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਜਦੋਂ ਇੱਕ ਬਦਮਾਸ਼ ਮੁੜ ਜਾਂਦਾ ਤਾਂ ਉਸ ਤੋਂ ਬਾਅਦ ਇਹ ਦੋਵੇਂ ਬਦਮਾਸ਼ ਵੀ ਉਲਟੇ ਪੈਰੀ ਫਰਾਰ ਹੋ ਜਾਂਦੇ ਉਲਟੇ ਪੈਰੀ ਜਿਹੜਾ ਹੈ ਗੇਟ ਤੋਂ ਬਾਹਰ ਨਿਕਲ ਜਾਂਦੇ ਨੇ ਤਾਂ ਤਸਵੀਰਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਨੇ ਅਮੂਮਨ ਤੌਰ ਤੇ ਅਸੀਂ ਬਹੁਤ ਸਾਰੀਆਂ ਘਟਨਾਵਾਂ ਦੇਖਦੇ ਹਾਂ ਕਿ ਜਦੋਂ ਬਹੁਤ ਸਾਰੇ ਲੋਕ ਵੀ ਘਰ ਦੇ ਵਿੱਚ ਮੌਜੂਦ ਹੁੰਦੇ ਨੇ ਪਰ ਉਸਦੇ ਬਾਅਦ ਬਦਮਾਸ਼ ਜਿਹੜੇ ਆਉਂਦੇ ਨੇ ਔਰ ਆ ਕੇ ਬਹੁਤ ਹੀ ਆਸਾਨੀ ਦੇ ਨਾਲ ਇੱਕ ਤਾਂ ਲੁੱਟ ਖੋਹ ਕਰਦੇ ਨੇ ਦੂਸਰਾ ਕੁੱਟਮਾਰ ਕਰਕੇ ਕਈ ਵਾਰ ਤਾਂ ਕਤਲ ਕਰਕੇ ਵੀ ਫਰਾਰ ਹੋ ਜਾਂਦੇ ਨੇ ਰਾਜੀਵ ਸ਼ਰਮਾ ਮੇਰੇ ਸਹਿਯੋਗੀ ਫੋਨ ਲਾਈਨ ਤੇ ਨੇ ਰਾਜੀਵ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਘਟਨਾ ਸੀ ਇਸ ਨੂੰ ਕਹਿ ਸਕਦੇ ਹਾਂ ਬੇਸ਼ੱਕ ਇਹ ਲੁਟੇਰੇ ਲੁੱਟ 'ਚ ਕਾਮਯਾਬ ਨਹੀਂ ਹੋਏ ਪਰ ਕਿਵੇਂ ਘਰ 'ਚ ਇਹਨਾਂ ਨੇ ਵੜ ਕੇ ਕੋਸ਼ਿਸ਼ ਕੀਤੀ ਹੈ ਔਰ ਇੱਥੇ ਮਹਿਲਾ ਦੀ ਬਹਾਦਰੀ ਵਾਕਈ ਮਿਸਾਲਯੋਗ ਹੈ ਬਿਲਕੁਲ ਗੁਰਜੋਤ ਸਭ ਤੋਂ ਵੱਡੀ ਗੱਲ ਇਹੀ ਹੈ ਕਿ ਇੱਕ ਮਹਿਲਾ ਦੀ ਬਹਾਦਰੀ ਔਰ ਸਮਝਦਾਰੀ ਦਾ ਨਤੀਜਾ ਹੈ ਕਿ ਇੱਕ ਬਹੁਤ ਵੱਡੀ ਵਾਰਦਾਤ ਜਿਹੜੀ ਆ ਉਹ ਹੁੰਦਿਆਂ ਹੁੰਦਿਆਂ ਜਿਹੜੀ ਅਸੀਂ ਕਹਿ ਸਕਦੇ ਕਿ ਟਲੀ ਹੈ ਪਰ ਇਸ ਪੂਰੇ ਮਾਮਲੇ ਦੇ ਵਿੱਚ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਕੱਲ੍ਹ ਦੁਪਹਿਰ ਵੇਲੇ ਦੀ ਇਹ ਗੱਲ ਹੈ 3 ਤੋਂ 3:30 ਦੇ ਆਸ ਪਾਸ ਦੇ ਜਿਹੜੇ 3 ਲੁਟੇਰੇ ਨੇ ਉਹ ਘਰ ਦੇ ਅੰਦਰ ਦਾਖਲ ਹੁੰਦੇ ਨੇ ਔਰ ਘਰ ਦੇ ਹਾਲਾਤਾਂ ਤੋਂ ਲੱਗ ਰਿਹਾ ਕਿ ਜਿਸ ਤਰ੍ਹਾਂ ਮਹਿਲਾਵਾਂ ਘਰ ਦੇ ਵਿੱਚ ਅਮੂਮਨ ਘਰ ਦੀ ਸਫਾਈ ਕਰਦੀਆਂ ਹੁੰਦੀਆਂ ਨੇ ਕੁਝ ਗੱਦੇ ਕਬਾਰ ਪਏ ਹੋਏ ਨਜ਼ਰ ਆ ਰਹੇ ਨੇ ਔਰ ਘਰ ਦੇ ਅੰਦਰ ਬੱਚੇ ਵੀ ਮੌਜੂਦ ਸੀ ਔਰ ਮਹਿਲਾ ਨੇ ਬਹੁਤ ਅਸੀਂ ਕਹਿ ਸਕਦੇ ਜਦੋਂ ਅਜਿਹੇ ਮਾਮਲੇ ਹੁੰਦੇ ਨੇ ਤਾਂ ਸੋਚਣ ਦਾ ਸਮਾਂ ਬਹੁਤ ਘੱਟ ਹੁੰਦਾ ਪਰ ਇਸ ਮਹਿਲਾ ਨੇ ਬਹੁਤ ਘੱਟ ਦੇ ਵਿੱਚ ਜਿਹੜਾ ਦਿਮਾਗ ਲਗਾਉਂਦਿਆਂ ਹੋਇਆ ਦਰਵਾਜ਼ਾ ਜਿੱਥੇ ਬੰਦ ਕੀਤਾ ਨਾਲ ਦੀ ਨਾਲ ਸ਼ੋਰ ਵੀ ਮਚਾਇਆ ਤਾਂ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਘਰ ਦੇ ਅੰਦਰ ਕੋਈ ਹੋਰ ਪੁਰਸ਼ ਜਾਂ ਕੋਈ ਹੋਰ ਜਿਹੜੇ ਮਰਦ ਨਾਲ ਮੌਜੂਦ ਹੋਣ ਜਿਸ ਕਰਕੇ ਸਾਨੂੰ ਫੜਿਆ ਜਾ ਸਕਦਾ ਤਾਂ ਤੁਸੀਂ ਦੇਖੋ ਕਿ ਕੰਧ ਟੱਪ ਕੇ ਆਉਂਦੇ ਨੇ ਔਰ ਬਾਅਦ ਦੇ ਵਿੱਚ ਗੇਟ ਖੋਲ ਕੇ ਉਸ ਪਾਸਿਓਂ ਬਾਹਰ ਨਿਕਲ ਜਾਂਦੇ ਨੇ ਔਰ ਇੱਥੇ ਜਿਹੜੀ ਅਹਿਮ ਗੱਲ ਕਿ ਵੇਰਕਾ ਥਾਣੇ ਦੇ ਅਧੀਨ ਇਹ ਇਲਾਕਾ ਆਉਂਦਾ ਸਟਾਰ ਐਵਨਿਊ ਔਰ ਕੱਲ੍ਹ ਤੋਂ ਪੁਲਿਸ ਨੂੰ ਜਿਹੜੀ ਸ਼ਿਕਾਇਤ ਪਰਿਵਾਰ ਵੱਲੋਂ ਦਿੱਤੀ ਗਈ ਸੀ ਤਾਂ ਹੈਰਾਨੀ ਦੀ ਗੱਲ ਹੈ ਕਿ ਇੱਡੀ ਵੱਡੀ ਘਟਨਾ ਦੇ ਬਾਅਦ ਅੱਜ ਸਵੇਰੇ ਪੁਲਿਸ ਇਹਨਾਂ ਦੇ ਘਰ ਪਹੁੰਚਦੀ ਹੈ ਔਰ ਇਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ 9 ਵਜੇ ਤੱਕ ਜਿਹੜੀ FIR ਹੈ ਉਹ ਦਰਜ ਕਰ ਲਈ ਜਾਏਗੀ ਕੱਲ੍ਹ ਜਦੋਂ ਪਰਿਵਾਰ ਪਹੁੰਚਦਾ ਤਾਂ ਇੱਕ ਸਾਦੇ ਕਾਗਜ਼ ਦੇ ਉੱਤੇ ਇਹਨਾਂ ਦੇ ਕੋਲੋਂ ਇੱਕ ਦਰਖਾਸਤ ਜਿਹੜੀ ਆ ਲਿਖਵਾ ਲਈ ਜਾਂਦੀ ਜਦਕਿ ਜਿਹੜੇ ਇਲਾਕੇ ਦੇ SHO ਨੇ ਤਾਂ ਇਹ ਉਹ SHO ਹੈ ਅਮਨਜੋਤ ਕੌਰ ਜਿਹੜੇ ਖੁਦ ਕੁਝ ਦਿਨ ਪਹਿਲਾਂ ਚਰਚਾ ਦੇ ਵਿੱਚ ਰਹੇ ਸੀ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਕੁਝ ਲੋਕਾਂ ਵੱਲੋਂ ਤਾਂ ਉਸ ਵੇਲੇ SHO ਦੀ ਬਹਾਦਰੀ ਦੀਆਂ ਗੱਲਾਂ ਹੋਈਆਂ ਕੈਬਨਿਟ ਮੰਤਰੀ ਤੱਕ ਉਹਨਾਂ ਦੇ ਕੋਲ ਪਹੁੰਚੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਪਰ ਇਸ ਮਹਿਲਾ ਦੀ ਬਹਾਦਰੀ ਉਸਦੇ ਕਿਤੇ ਵੱਧ ਹੈ ਤੁਸੀਂ ਦੇਖੋ ਕਿ ਇੱਕ ਪਾਸੇ 3
ਨੌਜਵਾਨ ਜਿਹੜੇ ਨੇ ਉਹ ਦਰਵਾਜ਼ੇ ਨੂੰ ਧੱਕਾ ਲਗਾਉਂਦੇ ਹੋਏ ਨਜ਼ਰ ਆ ਰਹੇ ਤਾਂ ਇਕੱਲੀ ਮਹਿਲਾ ਜਿਹੜੀ ਹੈ ਉਹ ਬਹਾਦਰੀ ਦੇ ਨਾਲ ਉਹਨਾਂ ਦਾ ਸਿੱਧੇ ਤੌਰ ਤੇ ਅਸੀਂ ਕਹਿ ਸਕਦੇ ਕਿ ਡਟ ਕੇ ਮੁਕਾਬਲਾ ਉਸ ਵੱਲੋਂ ਕੀਤਾ ਗਿਆ ਔਰ ਬਹੁਤ ਭਾਰਾ ਸੋਫਾ ਜਿਹੜਾ ਅੱਗੇ ਦਰਵਾਜ਼ੇ ਦੇ ਬਿਲਕੁਲ ਨੇੜੇ ਪਿਆ ਹੋਇਆ ਸੀ ਉਸ ਨੂੰ ਖਿੱਚ ਕੇ ਉਸ ਵੱਲੋਂ ਅੱਗੇ ਲਗਾਇਆ ਜਾਂਦਾ। ਹਾਲਾਂਕਿ ਉਸ ਵੇਲੇ ਜੋ ਅੰਦਾਜ਼ਾ ਲੱਗ ਰਿਹਾ ਕਿ ਉਸ ਵੇਲੇ ਉਹ ਜਿਹੜੇ ਚੋਰ ਨੇ ਉਹ ਬਾਹਰ ਜਾ ਚੁੱਕੇ ਸੀ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਮਹਿਲਾ ਵੱਲੋਂ ਬਹੁਤ ਜ਼ਿਆਦਾ ਸ਼ੋਰ ਮਚਾਇਆ ਗਿਆ ਹੈ। ਤਾਂ ਇਹ ਇੱਕ ਜਿਊਲਰ ਹੈ ਜਿਸਦਾ ਘਰ ਹੈ ਔਰ ਉਸਦੀ ਪਤਨੀ ਅਮੂਮਨ ਦਿਨਾਂ ਦੇ ਵਾਂਗ ਆਪਣੇ ਘਰ ਦੇ ਵਿੱਚ ਬੱਚਿਆਂ ਦੇ ਨਾਲ ਜੋ ਹੈ ਕੰਮ ਕਾਜ ਕਰ ਰਹੀ ਸੀ ਤਾਂ ਇੱਕਦਮ ਇਹ ਜਿਹੜੇ ਚੋਰ ਨੇ ਉਹ ਕੰਧ ਟੱਪ ਕੇ ਅੰਦਰ ਆਉਂਦੇ ਨੇ ਤਾਂ ਮਹਿਲਾ ਨੂੰ ਜੋ ਹੈ ਕਿਉਂਕਿ ਪਿੱਛੇ ਤੁਸੀਂ ਦੇਖੋ ਇੱਕ ਵਿੰਡੋ ਨਜ਼ਰ ਆ ਰਹੀ ਹੈ ਉਸ ਪਾਸੇ ਹੀ ਉਹ ਦੀਵਾਰ ਹੈ ਤਾਂ ਜਦੋਂ ਉਸਨੂੰ ਪਤਾ ਲੱਗਦਾ ਕਿ ਘਰ ਦੇ ਅੰਦਰ ਕਿਸੇ ਨੇ ਜੋ ਹੈ ਦਾਖਲ ਹੋਇਆ ਕੋਈ ਕਿਉਂਕਿ ਜਦੋਂ ਕੰਧ ਦੇ ਉੱਪਰੋਂ ਛਾਲ ਮਾਰੀ ਤਾਂ ਆਵਾਜ਼ ਜਿਹੜੀ ਉਹ ਮਹਿਲਾ ਨੂੰ ਸੁਣਦੀ ਹੈ ਤਾਂ ਤੁਰੰਤ ਉਹ ਦਰਵਾਜ਼ੇ ਵਾਲੇ ਪਾਸੇ ਨੂੰ ਭੱਜਦੀ ਹੈ। ਹਾਲਾਂਕਿ ਦਰਵਾਜ਼ੇ ਦੇ ਬਾਹਰ ਇੱਕ ਗੱਡਾ ਜਿਹੜਾ ਸ਼ਾਇਦ ਉਹ ਸੁੱਕਣੇ ਪਾਇਆ ਹੋਏਗਾ ਜਾਂ ਧੁੱਪ ਲਵਾਈ ਜਾਂਦੀ ਨੂੰ ਤਾਂ ਉਹ ਬਾਹਰ ਪਿਆ ਹੋਇਆ ਸੀ ਤਾਂ ਉਸ ਗੱਡੇ ਨੂੰ ਜਿੱਦਾਂ ਹੀ ਪਿੱਛੇ ਕਰਕੇ ਇਹ ਜਿਹੜੇ ਲੁਟੇਰੇ ਅੰਦਰ ਦਾਖਲ ਹੋਣ ਲੱਗਦੇ ਨੇ ਤਾਂ ਮਹਿਲਾ ਵੱਲੋਂ ਬਹੁਤ ਬਹਾਦਰੀ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਦਾ ਜਿਹੜਾ ਡਟ ਕੇ ਮੁਕਾਬਲਾ ਕੀਤਾ ਗਿਆ ਦਰਵਾਜ਼ਾ ਜਿਹੜਾ ਉਹ ਨਹੀਂ ਖੁੱਲਣ ਦਿੱਤਾ ਗਿਆ ਜਿਸ ਕਰਕੇ ਇਹ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਲੁੱਟ ਵੀ ਹੋ ਸਕਦੀ ਸੀ ਉਸ ਤੋਂ ਵੱਧ ਵੀ ਕੁੱਝ ਨਾ ਕੁੱਝ ਹੋ ਸਕਦਾ ਸੀ ਕਿਉਂਕਿ ਜਦੋਂ ਅਜਿਹੇ ਲੁਟੇਰੇ ਕਿਤੇ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਤਾਂ ਇਹਨਾਂ ਦੇ ਕੋਲ ਕੋਈ ਨਾ ਕੋਈ ਤੇਜ਼ ਧਾਰ ਹਥਿਆਰ ਜਾਂ ਕੋਈ ਵੈਪਨ ਜ਼ਰੂਰ ਹੁੰਦਾ ਕਿਉਂਕਿ ਜੇਕਰ ਕੋਈ ਇਹਨਾਂ ਦੀ ਪਛਾਣ ਕਰ ਲੈਂਦਾ ਹੈ ਜਾਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਤਾਂ ਉਸਦੇ ਉੱਪਰ ਅਟੈਕ ਕੀਤਾ ਜਾਂਦਾ। ਪਰ ਇਸ ਮਹਿਲਾ ਦੀ ਅਸੀਂ ਕਹਿ ਸਕਦੇ ਕਿ ਇਸ ਵੇਲੇ ਬਹਾਦਰੀ ਦੇ ਜਿਹੜੇ ਚਰਚੇ ਹਰ ਪਾਸੇ ਹੋ ਰਹੇ ਨੇ ਔਰ ਹਰ ਕੋਈ ਇਸ ਮਹਿਲਾ ਦੀ ਬਹਾਦਰੀ ਦੀ ਦਾਤ ਦਿੰਦਾ ਹੋਇਆ ਨਜ਼ਰ ਆ ਰਿਹਾ। ਜੀ ਗੁਰਜੋਤ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਰਾਜੀਵ ਤਮਾਮ ਜਾਣਕਾਰੀ ਲਈ ਔਰ ਵਾਕਈ ਹੀ ਹੋਰਨਾਂ ਦੇ ਲਈ ਵੀ ਇਹ ਮਿਸਾਲ ਹੈ ਮਹਿਲਾ ਦੀ ਬਹਾਦਰੀ ਕਿਸ ਤਰੀਕੇ ਦੇ ਨਾਲ ਇਸਨੇ ਡਟ ਕੇ ਸਾਹਮਣਾ ਕੀਤਾ ਹੈ ਆਪਣੇ ਘਰ ਦੇ ਵਿੱਚ ਇਹਨਾਂ ਲੁਟੇਰਿਆਂ ਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ।